ਸਾਰੇ ਮਸੀਹ 'ਚ ਆਏ ਹੋਏ ਭੈਣ ਭਰਾਵਾਂ ਨੂੰ ਜੈ ਸੀ ਦੀ। ਮੇਰੀ ਗਵਾਹੀ ਇਹ ਹੈ ਕਿ ਪ੍ਰਭੂ ਨੇ ਮੈਨੂੰ ਇੱਕ ਬੱਚੀ ਦੀ ਆਸ਼ੀਸ਼ ਦਿੱਤੀ ਆ, ਅਤੇ ਗਵਾਹੀ ਇਹ ਆ ਕਿ ਅਸੀਂ ਸਕੈਨ ਕਰਵਾਈ ਸੀ ਔਰ ਅਲਟਰਾਸਾਊਂਡ ਵੀ ਕਰਵਾਇਆ ਸੀ। ਸਕੈਨ 'ਚ ਵੀ ਇਹ ਆਇਆ ਸੀ ਕਿ ਬੱਚੇ ਦਾ ਪੈਰ ਟੇਢਾ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਸੀ ਕਲੀਅਰ ਕਰਨ ਵਾਸਤੇ ਤੁਸੀਂ ਰੋਪੜੋਂ ਅਲਟਰਾਸਾਊਂਡ ਕਰਾਓ, ਅਤੇ ਅਲਟਰਾਸਾਊਂਡ ਵੀ ਕਰਾਇਆ। ਉਹਦੇ ਵਿੱਚ ਵੀ ਇਹੀ ਆਇਆ ਕਿ ਸਾਨੂੰ ਡਾਊਟ ਹੋਇਆ, ਡਾਕਟਰ ਕਹਿ ਰਹੇ ਸੀ ਵੀ ਡਾਊਟ ਹੋਇਆ ਇਹਦੇ ਵਿੱਚ ਵੀ ਬੱਚੇ ਦਾ ਪੈਰ ਟੇਢਾ ਹੋ ਸਕਦਾ ਆ। ਅਸੀਂ ਪਾਸ ਜੀ ਉਹਨਾਂ ਨਾਲ ਵੀ ਗੱਲ ਕੀਤੀ, ਆਪਣੀ ਕਲੀਸਿਆ 'ਚ ਵੀ ਕੀਤੀ ਸੀ ਗੱਲ, ਸਾਰਿਆਂ ਨੇ ਪਰਮੇਸ਼ਵਰ ਦੇ ਅੱਗੇ ਦੁਆਵਾਂ ਕੀਤੀਆਂ। ਤੁਸੀਂ ਅੱਜ ਦੇਖ ਸਕਦੇ ਹੋ ਬੱਚੀ ਚਰਚ ਦੇ ਵਿੱਚ ਆਈ ਆ, ਉਹਦਾ ਕੋਈ ਵੀ ਅੰਗ ਟੇਢਾ ਨਹੀਂ ਆ, ਪੈਰ ਵੀ ਬਿਲਕੁਲ ਠੀਕ ਆ, ਅਤੇ ਬੱਚੀ ਬਿਲਕੁਲ ਠੀਕ ਠਾਕ ਆ ਔਰ ਨੋਰਮਲ ਹੀ ਪੈਦਾਇਸ਼ ਹੋਈ ਆ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ। ਅਤੇ 15 ਕੁ ਦਿਨ ਹੋ ਗਏ ਗਵਾਹੀ ਹੋਈ ਸੀ ਕਿ ਜਿਨ੍ਹਾਂ ਦੇ ਕਰਜ਼ੇ ਆ ਉਹਨਾਂ ਦੇ ਕਰਜ਼ੇ ਮਾਫ਼ ਹੋਣ ਜਾ ਰਹੇ ਆ। ਅਤੇ ਬੱਚੀ ਦੇ ਜਨਮ ਤੋਂ ਦੂਸਰੇ ਦਿਨ ਹੀ ਮੈਨੂੰ ਹੋਸਪਿਟਲ ਦੇ ਵਿੱਚ ਹੀ ਫੋਨ ਆਇਆ ਕਿ ਆਪਣੇ ਪਤੀ ਨੂੰ ਇੱਥੇ ਬੈਂਕ ਦੇ ਵਿੱਚ ਭੇਜੋ, ਇੱਕ ਆਧਾਰ ਕਾਰਡ ਦੀ ਕਾਪੀ ਦੇ ਕੇ ਭੇਜੋ, ਅਤੇ ਕਿ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਆ। ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ। ਅੱਛਾ ਸੁਣੋ ਸੁਣੋ, ਧਿਆਨ ਨਾਲ ਸੁਣੋ। ਤੁਹਾਨੂੰ ਪਤਾ ਹੀ ਵੀ ਅਗਵਾਈ ਹੋਈ ਸੀ ਕਿ ਪਰਮੇਸ਼ਵਰ ਬਹੁਤ ਸਾਰਿਆਂ ਨੂੰ ਬੱਚੇ ਦੇਣ ਲਈ ਜਾ ਰਿਹਾ। ਹਾਂਜੀ, ਤੁਹਾਨੂੰ ਬੱਚੀ ਦੀ ਆਸ਼ੀਸ਼ ਮਿਲ ਗਈ ਆ। ਬੱਚੀ ਆ ਚਰਚ ਵਿੱਚ ਆਈ ਆ? ਆਈ ਆ ਜੀ। ਕਿੱਥੇ ਆ? ਠੀਕ ਆ, ਇਹਨਾਂ ਦੀ ਬੱਚੀ ਆ, ਪਿੱਛੇ ਬੈਠੇ ਹਨ। ਅਤੇ ਦੂਸਰੀ ਇਹਨਾਂ ਦੀ ਗਵਾਹੀ ਇਹ ਆ ਕਿ ਬਹੁਤ ਸਾਰਿਆਂ ਦੇ ਕਰਜ਼ੇ ਕੀ ਆ ਮਾਫ਼ ਹੋਣ ਲਈ ਜਾ ਰਹੇ ਹਨ। ਤੁਹਾਡਾ ਕਿੰਨਾ ਕਰਜ਼ਾ ਮਾਫ਼ ਹੋਇਆ ਥੋੜ੍ਹਾ ਦੱਸ ਸਕਦੇ ਆ? ਅਸੀਂ ਤਕਰੀਬਨ ਲਿਆ ਤਾਂ ਹੋਇਆ ਸੀ 9000 ਸੋਸਾਇਟੀ ਤੋਂ, ਕੋਪਰੇਟ ਸੋਸਾਇਟੀ ਤੋਂ, ਉਸਦਾ ਵੱਧ ਕੇ 17-18 ਹਜ਼ਾਰ ਹੋ ਗਿਆ ਸੀ। ਅੱਛਾ, ਉਹ ਬਿਲਕੁਲ ਮਾਫ਼ ਹੋ ਚੁੱਕਾ? ਬਿਲਕੁਲ ਮਾਫ਼, ਬਿਲਕੁਲ ਮਾਫ਼ ਹੋ ਗਿਆ, ਬਿਲਕੁਲ ਜੀ ਮਾਫ਼। ਕੌਣ ਕਰਨ ਵਾਲਾ ਹੈ ਪਤਾ ਤੁਹਾਨੂੰ? ਹਾਂਜੀ, ਦੱਸੀਏ। ਜਿੰਦਾ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ। ਜਿੰਦਾ ਪਰਮੇਸ਼ਵਰ ਯੇਸ਼ੂ ਮਸੀਹ, ਯੋਰ ਦਾ ਤਾਲੀ ਵਜਾਈਏ। ਇਹਨਾਂ ਦਾ ਕਰਜ਼ਾ ਮਾਫ਼ ਹੋ ਗਿਆ ਅਤੇ ਪਰਮੇਸ਼ਵਰ ਨੇ ਇਹਨਾਂ ਨੂੰ ਬੱਚੀ ਦੀ ਆਸ਼ੀਸ਼ ਦਿੱਤੀ ਹੈ।